किसान दोस्तों, हुण तक तुसीं ये जान चुके हो कि आपां खाद खरीदण लग्यां किहड़ियां किहड़ियां सावधानियां वरतनियां। इस वीडियो दे विच आपां गल इह करांगे कि किहड़ी किहड़ी खाद झोने नूं किन्नी किन्नी मात्रा दे विच पाउणी हुंदी है ते टाइम कदों कदों पाउणी है, आपां अगली वीडियो 'च गल करांगे। तुसीं देख रहे हो मेरी खेती मेरा किसान यूट्यूब चैनल, इहनूं तुसीं लाल बटन दब के सबसक्राइब कर सकते हो, जां फेसबुक ते देख रहे हो मेरा पंजाब मेरा किसान फेसबुक पेज, इहनूं तुसीं जिहड़ा हैगा फॉलो कर सकते हो, ज्वाइन कर सकते हो। मैं हाँ कुलदीप सिंह शेरगिल मरखाई, फतेह साहिब पुन्ने वाहिगुरू जी का खालसा वाहिगुरू जी की फतेह। किसान दोस्तों, कोई भी व्यक्ति तुहानूं यह नहीं दस सकता कि तुहाडे खेत च खादा किन्नियां पैणियां, एक पक्का रूल है। भावें कि असीं अजकल सोशल मीडिया के पिछे ज़्यादा लगते हैं, कोई कहना मैं चार बोरियां पाती, कोई कहना तीन बोरियां पाता, तो वो देखा देखी आपां आपदे खेतां दे विच खादा पाउणे आ। ਇਹਦੇ ਵਾਸਤੇ ਜ਼ਰੂਰੀ ਇਹ ਹੁੰਦਾ ਹੈ ਕਿ ਸਾਡੇ ਖੇਤ ਦੀ ਜਿਹੜੀ ਮਿੱਟੀ ਹੈ ਉਹ ਚੈੱਕ ਕਰਵਾਈ ਜਾਵੇ। ਮਿੱਟੀ ਚੈੱਕ ਕਰਵਾ ਕੇ ਸਾਨੂੰ ਪਤਾ ਲੱਗਦਾ ਕਿ ਕਿਹੜੀ ਕਿਹੜੀ ਚੀਜ਼ ਦੀ ਕਿਹੜੀ ਕਿੰਨੀ ਕਿੰਨੀ ਘਾਟ ਹੈ। ਅਸੀਂ ਆਪਦੇ ਪਿਛਲੇ ਸਾਲਾਂ ਦੇ ਤਜਰਬੇ ਵੀ ਲਿਖਣੇ ਹੁੰਦੇ ਹੈ, ਉਹ ਤਜਰਬੇ ਕੀ ਕਹਿੰਦੇ ਆ ਕਿ ਕਿਹੜੀ ਖਾਦ ਕਦੋਂ ਪਾ ਕੇ ਸਾਨੂੰ ਕੀ ਲਾਭ ਮਿਲਿਆ। ਵੇਖ ਦੇਖੋ, ਜੇ ਤੁਸੀਂ ਤਜਰਬੇ ਨਹੀਂ ਲਿਖੇ ਕੋਈ ਗੱਲ ਨਹੀਂ ਹੈਗੀ, ਹੁਣ ਅੱਜ ਤੋਂ ਲਿਖਣਾ ਸ਼ੁਰੂ ਕਰ ਦਿਓ, ਠੀਕ ਹੈ, ਤਾਂ ਕਿ ਗਾਂਹ ਵਾਸਤੇ ਰਿਕਾਰਡ ਬਣ ਜੇ। ਤਾਂ ਇੱਕ ਆਪਾਂ ਇਹ ਦੇਖਣਾ ਹੁੰਦਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਦੇ ਜਿਹੜਾ ਹੈਗਾ ਖੇਤਾਂ ਦੇ ਵਿੱਚ ਝੋਨੇ ਦੀ ਫਸਲ ਵਾਸਤੇ ਕਿੰਨੀ ਕਿੰਨੀ ਖਾਦ ਦੀ ਰਿਕਮੈਂਡੇਸ਼ਨ ਦਿੰਦੀ ਹੈ। ਹੁਣ ਜੇਕਰ ਪੰਜਾਬ ਖੇਤੀਬਾੜੀ ਯੂਨੀ ਲੁਧਿਆਣਾ ਦੀ ਬਾਸਮਤੀ ਰਿਕਮੈਂਡੇਸ਼ਨ ਦੇਖ ਲਓ ਤੁਸੀਂ ਯੂਰੀਆ ਦੀ, ਤਾਂ ਅਸੀਂ ਤਾਂ ਉਸ ਤੋਂ ਤਿੰਨ ਗੁਣਾ ਵੱਧ ਪਾ ਰਹੇ ਹਾਂ। ਪਰੰਤੂ ਸਾਨੂੰ ਬੇਸ ਮੰਨਣਾ ਪਏਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫਾਰਿਸ਼ ਨੂੰ, ਠੀਕ ਹੈ। ਤਾਂ ਇਸ ਦੇ ਇਰਦ ਗਿਰਦ ਆਪਾਂ ਘੁੰਮਣਾ ਹੁੰਦਾ। ਜੇ ਅਸੀਂ ਜ਼ਰੂਰਤ ਤੋਂ ਵੱਧ ਪੋਸ਼ਿਕ ਤੱਤ ਪਾ ਦਿੰਦੇ ਹਾਂ ਤਾਂ ਉਹ ਨੁਕਸਾਨ ਕਰਦੇ। ਜੇ ਤੁਸੀਂ ਡੀ ਏ ਪੀ ਵੱਧ ਪਾਤੀ ਹੈ ਤਾਂ ਉਸ ਡੀ ਏ ਪੀ ਨੇ ਜਿਹੜੇ ਹੋਰ ਤੱਤ ਹੈ ਉਹਨਾਂ ਦੇ ਬੂਟੇ ਦੇ ਖਾਣ ਦੇ ਵਿੱਚ ਦਿੱਕਤ ਕਰੇਗਾ। ਮੈਂ ਟੈਕਨੀਕਲੀ ਤੁਹਾਨੂੰ ਇੱਕ ਵੀਡੀਓ 'ਚ ਦੱਸਾਂਗਾ ਕਿ ਕਿਹੜੇ ਤੱਤ ਵਧਣ ਦੇ ਨਾਲ ਕਿਹੜੇ ਤੱਤ ਦੀ ਘਾਟ ਹੁੰਦੀ ਹੈ, ਠੀਕ ਹੈ, ਕਿਉਂਕਿ ਇੱਥੇ ਆਪਣਾ ਉਹ ਵਿਸ਼ਾ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਯੂਰੀਆ ਤੁਸੀਂ ਵੱਧ ਪਾਤੀ ਤਾਂ ਫਸਲ ਇੱਕ ਵਾਰੀ ਤਾਂ ਸੋਹਣੀ ਲੱਗੇਗੀ, ਲੇਕਿਨ ਅੱਗੇ ਜਾ ਕੇ ਡਿੱਗ ਪਏਗੀ, ਤੇਲਾ ਜ਼ਿਆਦਾ ਆਏਗਾ, ਬੈਕਟੀਰੀਅਲ ਬਲਾਈਟ ਜ਼ਿਆਦਾ ਆਊਗੀ, ਉੱਲੀਆਂ ਜ਼ਿਆਦਾ ਆਉਣਗੀਆਂ। ਤਾਂ ਇਸ ਕਰਕੇ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਜਿਹੜਾ ਹੈਗਾ ਖਾਦਾਂ ਦੀ ਮਾਤਰਾ ਸਹੀ ਪਾਈਏ। ਜੇ ਅਸੀਂ ਵੱਧ ਪਾਵਾਂਗੇ ਤਾਂ ਸਾਡਾ ਨੁਕਸਾਨ ਹੋਏਗਾ। ਆਹ ਚੀਜ਼ ਬਹੁਤ ਜ਼ਰਾ ਧਿਆਨ ਦੇ ਵਿੱਚ ਰੱਖਣੀ ਹੈ। ਹੁਣ ਤੁਸੀਂ ਇੱਕ ਟੇਬਲ ਦੇਖੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੀ ਕਿਹਾ। ਇਹ ਕਹਿੰਦੇ ਹੈ ਕਿ ਤੁਸੀਂ ਨੀਮ ਕੋਟਡ ਯੂਰੀਆ 90 ਕਿਲੋ ਕਿੱਲੇ ਦੀ ਪਾਉਣੀ ਹੈ, ਮਤਲਬ ਕਿ 42 ਕਿਲੋ ਨਾਈਟ੍ਰੋਜਨ ਕਿੱਲੇ ਦੀ। ਫਾਸਫੋਰਸ ਇਹਨਾਂ ਨੇ 12 ਕਿਲੋ ਕਿਹਾ, ਜਿਹੜੀ ਕਿ ਤੁਸੀਂ ਸਿੰਗਲ ਸੁਪਰ ਫਾਸਫੇਟ ਰਾਹੀਂ 75 ਕਿਲੋ ਪਾ ਸਕਦੇ ਹੋ ਜਾਂ ਡੀ ਏ ਪੀ 27 ਕਿਲੋ ਪਾ ਸਕਦੇ ਹੋ। ਪੋਟਾਸ਼ 12 ਕਿਲੋ, ਜਿਹੜੀ ਕਿ ਮਿਊਰੇਟ ਆਫ ਪੋਟਾਸ਼ ਦੇ ਵਿੱਚ 20 ਕਿਲੋ 'ਚ ਮਿਲੂਗੀ। ਮੈਂ ਕਿ ਆਹ ਦੋ ਲੈਣਾ, ਇੱਥੇ ਲਿਖਿਆ ਕਿ ਨਾਈਟ੍ਰੋਜਨ 42 ਕਿਲੋ, ਫਾਸਫੋਰਸ 12 ਕਿਲੋ, ਪੋਟਾਸ਼ 12 ਕਿਲੋ। ਹੁਣ 42 ਕਿਲੋ ਨਾਈਟ੍ਰੋਜਨ ਤੁਹਾਨੂੰ 90 ਕਿਲੋ ਯੂਰੀਆ 'ਚੋਂ ਮਿਲੇਗੀ, ਮਤਲਬ ਕਿ ਦੋ ਬੋਰੀਆਂ ਯੂਰੀਆ 'ਚੋਂ ਮਿਲੇਗੀ। 12 ਕਿਲੋ ਜਿਹੜੀ ਫਾਸਫੋਰਸ ਹੈ ਇਹ ਦੇਣ ਵਾਸਤੇ ਤੁਸੀਂ 27 ਕਿਲੋਗ੍ਰਾਮ ਡੀ ਏ ਪੀ ਵਰਤੋਂਗੇ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਵਰਤੋਂਗੇ। 12 ਕਿਲੋ ਪੋਟਾਸ਼ ਦੇਣ ਦੇ ਲਈ ਤੁਸੀਂ 20 ਕਿਲੋ ਮਿਊਰੇਟ ਆਫ ਪੋਟਾਸ਼ ਵਰਤੋਂਗੇ, ਠੀਕ। ਹੁਣ ਉਹ 14-15 ਉਹਦੀ ਰਿਕਮੈਂਡੇਸ਼ਨ ਯੂਨੀਵਰਸਿਟੀ ਨੇ ਨਹੀਂ ਕੀਤੀ, ਇਹਨੇ ਨਾ ਮਿਊਰੇਟ ਆਫ ਪੋਟਾਸ਼ ਦੀ ਗੱਲ ਕੀਤੀ ਹੈ, ਠੀਕ ਹੈ। ਤਾਂ ਜੇਕਰ ਤੁਸੀਂ ਕੋਈ ਹੋਰ ਮਾਤਰਾ ਵਾਲੀ ਵਰਤ ਰਹੇ ਹੋ, 60% ਨਹੀਂ ਵਰਤ ਰਹੇ, ਤਾਂ ਫਿਰ ਤੁਸੀਂ ਉਸ ਹਿਸਾਬ ਨਾਲ ਕੈਲਕੂਲੇਟ ਕਰ ਲੈਣਾ। ਹੁਣ ਆਏ ਨਹੀਂ ਹੁੰਦਾ ਕਿ ਬਾਜ਼ਾਰ ਉਹ ਸਾਡੇ ਵਾਲੀ ਤਾਂ ਤੂੰ ਐਂ ਕਰ ਯਾਰ ਕਿ ਅੱਧੀ ਵਾਰੀ ਪਾਲਾ, ਬਾਜ਼ਾਰ ਜੋ ਮਰਜ਼ੀ ਕਹੀ ਜਾਵੇ, ਅਸੀਂ ਬਾਜ਼ਾਰ ਤੋਂ ਕੁਛ ਨਹੀਂ ਲੈਣਾ, ਸਾਨੂੰ ਆਹ ਮਾਤਰਾ ਚਾਹੀਦੀ ਆ। ਇਹਨੂੰ ਕੈਲਕੂਲੇਟ ਕਰ ਲਓ ਕਿੰਨੇ 'ਚੋਂ ਮਿਲੇਗੀ, ਕੈਲਕੂਲੇਟਰ 'ਤੇ ਕੱਢ ਲਓ, ਸਮਝ ਗਏ। ਹੁਣ ਇੱਥੇ ਕਈ ਸਾਰੀਆਂ ਚੀਜ਼ਾਂ ਅੱਗੇ ਆਉਂਦੀਆਂ ਕਿ ਦੋ ਬੋਰੀਆਂ ਦੇ ਨਾਲ ਪੰਜਾਬ ਦੇ ਬਹੁਤੇ ਏਰੀਏ ਦੇ ਵਿੱਚ ਝੋਨਾ ਨਹੀਂ ਪਲਦਾ। ਬਈ ਦੋ ਬੋਰੀ ਦੇ ਨਾਲ ਤਾਂ ਨਹੀਂ ਪਲਦਾ, ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸਾਡੀਆਂ ਪ੍ਰੈਕਟਿਸ ਬਹੁਤ ਗਲਤ ਹੈ, ਇਹ ਸਾਡੇ ਜਿਹੜੇ ਹੈਗਾ ਲੋਸਿਸ ਬਹੁਤ ਹੋ ਜਾਂਦੇ, ਨੁਕਸਾਨ ਬਹੁਤ ਹੁੰਦਾ। ਅਸੀਂ ਖੜ੍ਹੇ ਪਾਣੀ 'ਚ ਯੂਰੀਆ ਪਾ ਦਿੰਦੇ ਹਾਂ, ਅਸੀਂ ਜਿਹੜਾ ਹੈਗਾ ਯੂਰੀਆ ਪਾ ਕੇ ਪਿੱਛੇ ਪਾਣੀ ਲਾ ਦਿੰਦੇ ਹਾਂ, ਅਸੀਂ ਗੱਟਾ ਗੱਟਾ ਯੂਰੀਆ ਸੁੱਟ ਦਿੰਦੇ ਹਾਂ। ਤਾਂ ਕਈ ਸਾਰੇ ਤਰੀਕੇ ਆ ਜਿਹਦੇ ਨਾਲ ਸਾਡਾ ਯੂਰੀਆ ਦਾ ਨੁਕਸਾਨ ਖੇਤਾਂ ਦੇ ਵਿੱਚ ਹੋ ਜਾਂਦਾ ਹੈ। ਤਾਂ ਇਸ ਕਰਕੇ ਜਿਹੜੀ ਯੂਨੀਵਰਸਿਟੀ ਦੇ ਦੋ ਗੱਟੇ ਹੈ, ਇਹਦੀ ਜਗ੍ਹਾ 'ਤੇ ਕਿਸਾਨ ਆਮ ਕਿਸਾਨ 2.5-3 ਗੱਟੇ ਦੇ ਵਿਚਾਲੇ ਯੂਜ਼ ਕਰਦੇ ਹੈ, ਕਿਉਂਕਿ ਉਹਦੇ ਖੇਤ ਦੇ ਵਿੱਚ ਯੂਰੀਆ ਦਾ ਨੁਕਸਾਨ ਉਹਦੇ ਪਾਉਣ ਦੇ ਢੰਗ ਕਰਕੇ ਜ਼ਿਆਦਾ ਹੋ ਜਾਂਦਾ ਹੈ।
ठीक है। डीएपी की जी गल हैगी है, डीएपी दे विच हैगा कि जेकर तुसी कणक नूं पूरी मात्रा च डीएपी पाई, कणक नूं किन्नी डीएपी कही सी इन्हां ने 55 किलो, ठीक है, जां सुपर फास्फेट 155 किलो, तां जेकर कणक नूं पूरी डीएपी पाई है तां फिर सानूं झोने दे विच डीएपी पाउण दी लोड़ नहीं हैगी। परंतु कई सारियां जमीनां साडियां इहो जिहियां है जिथे कि कैल्शियम अते सल्फर की घाट आ जाती है, तो मेरे किसान वीर कैल्शियम अड खरीद के लिया, सल्फर अड खरीद के लिया है जोड़ा कि बहुत ज़्यादा महंगा पै जाता है। तो उस स्थिति दे असी जोड़ा है भावें कि कणक में फास्फोरस पूरी पाई है, इतने एक गट्टा सिंगल सुपर फास्फेट का भी पा लें जिदे सू सल्फर भी मिल जूगी, कैल्शियम भी मिल जूगी, तो जोड़ा है फास्फोरस भी मिल जूगी। ध्यान रखियो जो कि बहुती बारी सिंगल सुपर फास्फेट के उपर कैल्शियम ते सल्फर की मात्रा नहीं लिखी होंगी, ठीक है, परंतु वो हुंदा जो भी कोई सिंगल सुपर फास्फेट होएगी वो कैल्शियम ते सल्फर होएगा ही होएगा, भावें किसी ने उत्ते लिखिया ते भावें किसी ने नहीं लिखिया। हुण खादा हो गई इसे, इहदे नाल नाल कुछ जिहड़ा हैगा छोटे तत्तां दी भी सानू लोड़ पैंदी है। सल्फर पंजाब के ज़्यादातर जिलों के किसान पाते हैं, कोई 3 किलो पाँदा, कोई 4 किलो पाँदा, कोई 2 किलो पाँदा, परंतु जिहड़ी तुसी सल्फर पा रहे हो वह सल्फर स्प्रे वाली है, जमीन च पाउण वाली नहीं। बेंटोनाइट सल्फर पाया करो, जिहड़ी दाल वर्गी हुंदी है, कि बेंटोनाइट सल्फर 10 किलो जिहड़ी कंपनी की मर्जी लै लो, नाले वो सस्ती पैंदी है, जेकर एज ए पोषक तत्व वरतना तो वो बेस्ट रिजल्ट है। वो नालों भी जे तुसीं सिंगल सुपर फास्फेट वरत ली तो वह सारे काम कर जाती है। अगली चीज़ आती है जिंक की घाट, साड़ियाँ जमीनों काफ़ी ज़्यादा है, तो जिंक सानू जिहड़ा हैगा खेत दे विच पाउणी पैंदी है। जदों भी तुहाडा बूटा 2 तो 3 हफ्तों का हुंदा है तो उहदे उत्ते जिंक की घाट दीआं निशानियां शुरू हो जांदियां, जंगालेपन आउणा शुरू हो जांदा है, ठीक है, आपां अगली वीडियो 'च गल करांगे। तो जिंक तुसीं खेत 'च किन्नी पाउणी है, पंजाब खेतीबाड़ी यूनिवर्सिटी लुधियाना का कहना है कि 25 किलोग्राम जिहड़ी 21% वाली जिंक हुंदी है असीं प्रति किला वरतदे हां, 16 किलो 33% वाली जिंक वरतते हैं, इन्हां दोवां विच्चों एक तुसी वरतनी है। हुण कई बार किसान वीर सोशल मीडिया के पिछे लग जाते हैं, सोशल मीडिया कोई कहिंदा आह जिंक चंगी आह जिंक चंगी है, जिंक ना ही तो 21% वाली माड़ी है तो ना ही 33% वाली माड़ी है, दोनों चंगियां, परंतु कंपनी चंगी ले लो, जे कंपनी माड़ी लौंगे फिर 21 वाली भी माड़ी आऊगी तो फिर 33 वाली भी माड़ी आऊगी, इस चीज़ का ध्यान रखियो जो, ठीक है। जिहड़े खेतों के पिछली फसल के जिंक की घाट आई है, बिना देखे ये मात्रा पूरी पूरी पानी पेगी, जो 21 वाली पा रहे हो तो 25 किलो, जे 33 वाली पा रहे हो तो 16 किलो, ठीक है, परंतु ताडे खेत के घाट जिंक की नहीं आती तो तुम एक साल छड के ये पा सकते हो। बहुत सारे रिसर्च पेपर दसते हैं कि आप एक साल छड के पा सकते हैं, तो मेरे किसान भीर की करते हैं एक साल छड के नहीं पाते, हर साल पाई जाते, फिर 25 किलो की जगह 21% वाली 12-13 किलो पा लेंगे है, तो 33% वाली 16 किलो की जगह 7-7.5 किलो 8 किलो तक पा लेंगे है, तो वह ठीक है, ठीक है। तो ये चीज़ को समझ गए, जिहड़ियां जमीनों काफ़ी ज़्यादा घाट है उन्होंने जमीनों के मात्रा पूरी की पूरी पानी है। अगली गल है कि लोहे की घाट खेतों के आती है, जेडे रेतले तो हल्के खेत है जितों जोड़ा है पानी रुड़ के जाता दूजे खेतों, ओहोजे खेतों के लोहे की घाट अक्सर आ जाती है, जेडे पत्ते है चिट्टे रंग के हो जाते, नवा पत्ता निकलता है, जिते पानी नहीं खड़ता उत्थे भी आ जाती है। तो लोहे की घाट के कदे भी सानू यह नहीं कहा जाता कि तुसी जोड़ा है खेत के लोहा पाओ, जमीन दे विच लोहा पाउण दी तुसी लोहा जिंक कहिंदे हो जिहनूं, इहदी जमीन च पाउण दा कोई लाभ नहीं हैगा, जमीन दे विच जे प्रोपर पानी खड़ा रहेगा तां उहदे नाल लोहे की घाट अपने आप दूर हो जाणी है। जेकर तुहाडे खेत दे विच लोहे की घाट आउंदी है तां तुसी जिहड़ा हैगा 1 किलो लोहा लैके उहनूं 100 लीटर पानी च पा के, जिहड़ा बाजार दे विच 5 किलो वालियां थैलियां च आउंदा है, तां उहदे 2 तो 3 स्प्रे तुसी खेत दे विच कर सकदे हो जिहदे नाल तुहाडे बूटे सही हो जाणगे। तो कोशिश करो कि पानी भर के रखो, ठीक। एक मैगनीशियम की घाट देखने आई है, भावें कि पंजाब खेतीबाड़ी यूनिवर्सिटी लुधियाना मैगनीशियम के बारे कोई अजी तीन सिफारिश नहीं आई, परंतु मैं बहुत सारे किसानों के सैंपल देखता मिट्टी के जिहदे विच कि मैगनीशियम की घाट पाई जाती है, बहुत ज़्यादा किसानों के मैगनीशियम की घाट जे तुहाडे खेत दे विच हैगी है तो फिर तुसी खेत दे विच 10 किलोग्राम तक मैगनीशियम भी पा सकते हो साल दे विच एक बारी,
ਤਾਂ ਮੈਗਨੀਸ਼ੀਅਮ ਦੇ ਨਾਲ ਹਰਾਪਣ ਜ਼ਿਆਦਾ ਆਉਂਦਾ, ਇਹ ਤਾਂ ਆਪਾਂ ਅਲੱਗ ਗੱਲ ਕਰਾਂਗੇ, ਵੀਡੀਓ ਬਹੁਤ ਲੰਬੀ ਹੋ ਜਾਏਗੀ। ਤਾਂ 10 ਕਿਲੋਗ੍ਰਾਮ ਤੱਕ ਮੈਗਨੀਸ਼ੀਅਮ ਹੀ ਪਾ ਸਕਦੇ ਹੋ। ਵੀਡੀਓ ਲੰਬੀ ਹੋ ਰਹੀ ਹੈ, ਲਾਸਟ 'ਤੇ ਮੈਨੂੰ ਗੱਲ ਕਰਾਂ, ਜੇ ਤਾਂ ਕਣਕ ਨੂੰ DAP 55-60 ਕਿਲੋ ਪਾਈ ਹੈ ਤਾਂ ਝੋਨੇ ਨੂੰ ਪਾਉਣ ਦੀ ਕੋਈ ਲੋੜ ਨਹੀਂ, ਠੀਕ ਹੈ। ਹਾਂ, ਜੇ ਤੁਸੀਂ ਝੋਨੇ ਨੂੰ ਸਲਫਰ ਪਾਉਣੀ ਹੈ, ਕੈਲਸ਼ੀਅਮ ਪਾਉਣਾ ਹੈ, ਤਾਂ ਉਸ ਸਥਿਤੀ ਦੇ ਵਿੱਚ ਇੱਕ ਗੱਟਾ ਸਿੰਗਲ ਸੁਪਰ ਫਾਸਫੇਟ ਦਾ ਪਾ ਦਿਓ, ਨਾਲੇ ਤਾਂ DAP ਦਾ ਘਾਟਾ ਪੂਰਾ ਕਰ ਦੂਗਾ, ਨਾਲੇ ਕੈਲਸ਼ੀਅਮ ਮਿਲ ਜੂਗਾ, ਨਾਲੇ ਸਲਫਰ ਮਿਲ ਜੂਗੀ, ਠੀਕ ਹੈ। ਅਗਲੀ ਗੱਲ ਹੈਗੀ ਹੈ ਕਿ ਯੂਰੀਆ ਤੁਸੀਂ ਆਪਦੇ ਖੇਤ ਦੇ ਨਾਲ, ਯੂਨੀਵਰਸਿਟੀ 2 ਗੱਟੇ ਰਿਕਮੈਂਡ ਕਰਦੀ ਹੈ, ਕਿਸਾਨਾਂ ਦੇ ਖੇਤਾਂ ਵਿੱਚ 2.5-3 ਗੱਟੇ ਦੇ ਵਿਚਾਲੇ ਆਪਣੇ ਹਿਸਾਬ ਦੇ ਨਾਲ ਉਹਨੂੰ ਮੇਨਟੇਨ ਕਰਕੇ ਰੱਖੋ। ਪੋਟਾਸ਼ ਜਿਹੜੇ ਖੇਤਾਂ 'ਚ ਘਾਟ ਹੈਗੀ ਹੈ, ਮਿਊਰੇਟ ਆਫ ਪੋਟਾਸ਼ ਤੁਸੀਂ 20 ਕਿਲੋਗ੍ਰਾਮ ਵਰਤੋਂਗੇ, ਠੀਕ ਹੈ। ਵਰਤਣ ਦਾ ਸਮਾਂ ਅੱਗੇ ਆਪਾਂ ਦੇਖਦੇ ਹਾਂ। ਜਿਹੜੇ ਖੇਤਾਂ 'ਚ ਮਿੱਟੀ ਪਰਖ ਦੇ ਆਧਾਰ 'ਤੇ ਮੈਗਨੀਸ਼ੀਅਮ ਦੀ ਘਾਟ ਦੀਆਂ ਨਿਸ਼ਾਨੀਆਂ ਆਈਆਂ, ਉਹ ਖੇਤ ਦੇ ਵਿੱਚ 10 ਕਿਲੋਗ੍ਰਾਮ ਮੈਗਨੀਸ਼ੀਅਮ ਸਲਫੇਟ ਖੇਤ ਦੇ ਵਿੱਚ ਉਹ ਪਾਉਣਗੇ, ਯੂਨੀਵਰਸਿਟੀ ਰਿਕਮੈਂਡ ਉਹਨੂੰ ਨਹੀਂ ਕਰਦੀ। ਜਿੰਕ ਜਿਹੜੀ ਹੈਗੀ ਹੈ, ਜੇਕਰ ਤੁਸੀਂ ਹਰ ਸਾਲ ਜਿੰਕ ਪਾਉਣੇ ਹੋ ਤਾਂ ਤੁਸੀਂ 21% ਵਾਲੀ ਜਿਹੜੀ ਜਿੰਕ ਹੈਗੀ ਹੈ ਉਹ 12-13 ਕਿਲੋ, ਜਾਂ 33% ਵਾਲੀ ਜਿਹੜੀ ਹੈਗੀ 7-8 ਕਿਲੋ ਕਿੱਲੇ ਦੀ ਪਾ ਸਕਦੇ ਹੋ। ਜਿਹੜੇ ਖੇਤਾਂ ਜਿੰਕ ਦੀ ਘਾਟ, ਪਹਿਲੀ ਫਸਲ ਜਿੰਕ ਦੀ ਘਾਟ ਆਈ ਸੀਗੀ ਅਤੇ ਜਿੰਕ ਦੀ ਘਾਟ ਪਿਛਲੇ ਸਾਲ ਵੀ ਝੋਨੇ 'ਚ ਆਈ ਸੀ, ਉਹ ਮਾਤਰਾ ਪੂਰੀ ਪਾਉਣਗੇ, 21% ਵਾਲੀ ਜਿੰਕ 25 ਕਿਲੋ ਜਾਂ 33% ਵਾਲੀ 16 ਕਿਲੋ ਪ੍ਰਤੀ ਕਿੱਲਾ। ਲੋਹਾ ਥੱਲੇ ਪਾਉਣ ਦਾ ਕੋਈ ਫਾਇਦਾ ਨਹੀਂ, ਲੋਹੇ ਦੀ ਘਾਟ ਆਈ ਤਾਂ ਆਪਾਂ ਸਪਰੇਅ ਕਰਾਂਗੇ। ਕਈ ਸਾਰੇ ਕਿਸਾਨ ਵੀਰ ਜਿੰਕ ਲੋਹਾ ਕਲੀ ਦੇ ਸਪਰੇਅ ਵਾਰ ਵਾਰ ਕਰਦੇ ਹੈ। ਜਿਸ ਸਮੇਂ ਤੁਸੀਂ ਥੱਲੇ ਜਿੰਕ ਪਾ ਚੁੱਕੇ ਹੋ, ਵਾਰ ਵਾਰ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਜੇ ਤੁਹਾਡੇ ਖੇਤ ਦੇ ਵਿੱਚ ਇੱਕ ਵਾਰੀ ਕਲੀ ਦੇ ਜਿਹੜਾ ਲੋਹੇ ਦੀ ਘਾਟ ਆਉਂਦੀ ਹੈ ਤਾਂ ਉਸ ਸਮੇਂ ਉਹਦੇ ਸਪਰੇਅ ਕਰਨ ਦੀ ਤਰਜੀਹ ਆ। ਧੰਨਵਾਦ ਦੋਸਤੋ, ਮਿਹਰਬਾਨੀ ਦੋਸਤੋ।